ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ ਹਲਕਾ ਨਾਭਾ ਪਹੁੰਚੇ ਜਿੱਥੇ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਇਸ ਮੀਟਿੰਗ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਚਾਰ ਵਿਮਰਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਕਿਸੇ ਵੀ ਪਾਰਟੀ ਦੇ ਉਮੀਦਵਾਰ ਵੱਲੋਂ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ। ਨੂੰ ਵੋਟਾਂ ਪੈਣੀਆਂ ਨੇ ਪੰਚਾਇਤਾਂ ਦੀਆਂ ਔਰ ਸਰਕਾਰ ਵਚਨਬੱਧ ਹੈ, ਨਾ ਕਿਸੇ ਨਾਲ ਧੱਕਾ ਹੋਏਗਾ, ਨਾ ਕੋਈ ਬਦਲਾਖੋਰੀ ਹੋਏਗੀ, ਨਾ ਕਿਸੇ ਦੇ ਕੋਈ ਨਜਾਇਜ਼ ਕਾਗਜ਼ ਰੱਦ ਕਰਾਏ ਜਾਣਗੇ। ਲੋਕਾਂ ਨੂੰ ਖੁੱਲ੍ਹਾ ਸੱਦਾ ਆਪਣੀ ਸੋਚ ਦੇ ਅਨੁਸਾਰ, ਜਿਹੜਾ ਅੱਛਾ ਬੰਦਾ ਉਹਨੂੰ ਵੋਟਾਂ ਪਾਓ। ਔਰ ਖਾਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਪਿੰਡ ਦੇ ਲੋਕ ਸਰਬਸੰਮਤੀ ਕਰਨਗੇ, ਉਹਨਾਂ ਵੱਲੋਂ ਸਰਕਾਰ ਵੱਲੋਂ ਵੀ 3 ਲੱਖ ਰੁਪਈਆ ਕਿਹਾ ਗਿਆ ਪੰਚਾਇਤ ਮੰਤਰੀ ਵੱਲੋਂ, ਔਰ ਮੈਂ ਨਿੱਜੀ ਤੌਰ 'ਤੇ ਵੀ ਬੇਨਤੀ ਕਰਦਾ ਆਪਣੇ ਹਲਕੇ ਨੂੰ ਕਿ ਸਰਬਸੰਮਤੀ ਚੋਣਾਂ ਕਰਵਾਓ। ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ, ਔਰ ਜਦੋਂ ਇਲੈਕਸ਼ਨ 'ਚ ਕੋਈ ਝਗੜਾ ਹੋ ਜਾਂਦਾ ਫਿਰ ਲੋਕਾਂ ਦੇ ਮਨਾਂ ਦੀ ਖਟਾਸ ਵੱਧਦੀ ਆ, ਭਾਈਚਾਰਾ 'ਤੇ ਸੱਟ ਵੱਜਦੀ ਹੈ। ਸੋ ਮੇਰੀ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਰਬਸੰਮਤੀ ਨਾਲ ਚੋਣਾਂ ਕਰਵਾਈਆਂ ਜਾਣ, ਤਾਂ ਮੈਂ ਸਾਰੇ ਇਲਾਕੇ ਦਾ ਧੰਨਵਾਦੀ ਹੋਵਾਂਗਾ। ਉਹ ਸਵਾਲ ਉਠਾਉਂਦੇ ਨੇ, ਉਹਨਾਂ ਦਾ ਕੰਮ ਹੀ ਇਹ ਹੈ, ਨਾ ਉਹ ਕੰਮ ਦੀ ਗੱਲ ਕਰਦੇ ਨੇ, ਨਾਰਿਆਂ ਤੋਂ ਬਗੈਰ ਕੋਈ ਗੱਲ ਨਹੀਂ ਹੈ, ਔਰ ਜਾਂ ਬਾਹਰ ਜਾ ਕੇ ਨਿਕਲ ਜਾਂਦੇ ਨੇ, ਵਾਕਆਊਟ ਕਰਦੇ ਨੇ। ਜਿੰਨਾ ਬਿਜ਼ਨਸ ਸੀਗਾ, ਜਿੰਨਾ ਕੰਮ ਸੀ, ਉਨਾ ਅਸੀਂ ਸੈਸ਼ਨ ਚਲਾਇਆ, ਕਿਉਂਕਿ 6 ਮਹੀਨੇ ਦੇ ਅੰਦਰ ਇਹ ਜ਼ਰੂਰੀ ਹੁੰਦਾ। ਬਾਕੀ ਬਜਟ ਸੈਸ਼ਨ ਆਉਣ ਵਾਲਾ, ਅੱਗੇ ਜੋ ਗੱਲ ਹੋਰ ਕਿਸੇ ਨੇ ਕਹਿਣੀ ਆ, ਹੁਣੇ ਆਪਣੇ ਤਿਆਰੀ 'ਚ ਰਹਿਣ। ਸਰਕਾਰ ਹਮੇਸ਼ਾ ਤਿਆਰ ਰਹਿੰਦੀ ਹੈ ਕਿ ਤੁਸੀਂ ਭਾਈ ਗੱਲ ਕਰੋ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਕੰਮਾਂ ਦੀ। ਸੋ ਇਹ ਨਾਰਿਆਂ ਤੋਂ ਬਗੈਰ, ਰੌਲੇ ਤੋਂ ਬਗੈਰ ਕੋਈ ਗੱਲ ਨਹੀਂ ਕਰਦੇ। ਔਰ ਇੰਨਾ ਜ਼ਰੂਰ ਕਹਿ ਦਿੰਦੇ ਨੇ ਕਿ ਟਾਈਮ ਘੱਟ ਹੈ ਜੀ, ਟਾਈਮ ਨਹੀਂ ਵਧਾਉਂਦੇ ਜੀ, ਟਾਈਮ ਘੱਟ ਹੈ ਜੀ, ਕੰਮ ਵਾਲੀ ਕੋਈ ਗੱਲ ਨਹੀਂ ਕਰਦੇ। ਅਕਾਲੀਆਂ ਨੂੰ ਨਾ ਕੁਛ ਨਹੀਂ ਸੁਝਦਾ ਹੈ, ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਉਦੋਂ ਨਾ 84 ਯਾਦ ਆਉਂਦੀ ਆ, ਨਾ ਹੋਰ ਜਦੋਂ ਗੁਰਸੀ ਤੋਂ ਲੱਥੇ ਹੁੰਦੇ ਨੇ ਫਿਰ। ਔਰ ਮੁੱਖ ਮੰਤਰੀ ਜੀ ਨੇ ਆਪ ਦਿਖਾਇਆ, ਇਕੱਲੇ ਇਕੱਲੇ ਮਿਨਿਸਟਰ ਦੀਆਂ ਕਮਲਨਾਥ ਦੇ ਨਾਲ ਗੁਲਦਸਤੇ ਦੇ ਕੇ ਫੋਟੋਆਂ ਖਿਚਾਈਆਂ ਹੋਈਆਂ ਨੇ। ਉਦੋਂ ਕਮਲਨਾਥ ਠੀਕ ਸੀਗਾ, ਹੁਣ ਕਮਲਨਾਥ ਮਾੜਾ ਹੋ ਗਿਆ, ਇਸ ਕਰਕੇ ਇਹਨਾਂ ਦੀ ਗੱਲ 'ਚ ਕੋਈ ਜਾਣ ਨਹੀਂ। ਬਿਲਕੁਲ ਨੌਕਰੀਆਂ ਦੇਵਾਂਗੇ, ਪੱਤੇ ਵਾਲੀ ਕਿਉਂ ਗੱਲ ਕਰਦੇ ਹੋ ਤੁਸੀਂ? ਆਪਾਂ ਨੌਕਰੀਆਂ ਦੇ ਰਹੇ, 4.5 ਲੱਖ ਤੋਂ ਵੱਧ ਨੌਕਰੀ ਸਰਕਾਰੀ ਅਤੇ ਗੈਰ ਸਰਕਾਰੀ ਦੇ ਚੁੱਕੇ ਹਾਂ, ਔਰ 5 ਸਾਲ ਦੇ ਵਿੱਚ ਕੋਈ ਐਸਾ ਨੌਜਵਾਨ ਪੜ੍ਹਿਆ ਲਿਖਿਆ ਨਹੀਂ ਰਹਿਣਾ ਜਿਹਨੂੰ ਨੌਕਰੀ ਨਾ ਮਿਲੇ। 500 ਤੋਂ ਨਹੀਂ, 250 ਤੋਂ 750 ਕੀਤੀ ਉਹਨਾਂ ਨੇ, 10 ਸਾਲ 'ਚ 250 ਹੀ ਰੱਖੀ ਹੈ ਆਪਣਾ। 2000 ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਆਉਣ ਤੋਂ ਪਹਿਲਾਂ 5 ਸਾਲ 'ਚ ਇਹ ਪੂਰੇ ਕਰਨੇ, 2000 ਹੀ ਹੋਏਗੀ। ਮੇਰੇ ਵੱਲੋਂ ਵਧਾਈ ਹੋਵੇ ਨਵੇਂ ਅਕਾਲੀ ਦਲ ਨੂੰ, ਇੱਕ ਪਹਿਲਾਂ ਵੀ ਆ ਫੇਰੂ ਮਾਨ ਅਕਾਲੀ ਦਲ, ਮਾਨ ਅਕਾਲੀ ਦਲ, ਬਾਦਲ ਅਕਾਲੀ ਦਲ, ਹੋਰ ਇੱਕ ਨਵਾਂ ਹੋਰ ਹੋ ਜਾਏਗਾ ਅਕਾਲੀ ਦਲ, ਸਾਰਿਆਂ ਨੂੰ ਵਧਾਈ। ਸੁਤੰਤਰ ਅਕਾਲੀ ਦਲ, ਇਹ ਤਾਂ ਆਮ ਆਦਮੀ ਪਾਰਟੀ ਸੀ, ਟਾਵਾਂ ਟਾਵਾਂ ਆਦਮੀ ਰਹਿ ਜਾਣਾ ਇਹਨਾਂ 'ਚ। ਸਾਰੇ ਕਰਦੇ ਹੁੰਦੇ ਨੇ, ਦੇਖੋ ਮੇਰੀ ਗੱਲ ਸੁਣ, ਜੋ ਕੀਤਾ ਸੋਚ ਸਮਝ ਕੇ ਕੀਤਾ, ਵਿਧਾਨ ਸਭਾ ਨੇ ਕੀਤਾ, ਸਾਰੇ MLA ਨੇ ਕੀਤਾ, ਰਲ ਮਿਲ ਕੇ ਕੀਤਾ। ਸਾਡੇ ਗੁਆਂਢੀ ਰਾਜਾਂ ਦੇ, ਦਿੱਲੀ ਲੈ ਲਓ, ਹਿਮਾਚਲ ਲੈ ਲਓ, ਹਰਿਆਣਾ ਲੈ ਲਓ, ਸਾਡੇ ਨਾਲੋਂ ਤਿੱਗਣੇ ਤੁੱਗਣੇ ਭੱਤੇ ਨੇ।